ਸਤਿ ਸ੍ਰੀ ਅਕਾਲ ਅਜਾਪਾ ਗੱਲਾਂ ਵਿੱਚੋਂ ਗੱਲ ਹੈ ਉਹ ਕਰਨੀ ਹੈ ਜਿਹੜੀ ਅਸੀਂ ਸਿੱਖੀ ਹੈ ਇੱਕ ਵਾਰੀ ਸਾਡੇ ਟੀਚਰ ਦਲੀਪ ਘੋਟਵਾਣਾ ਸਨ ਫਿਕਸ਼ਨ ਦਾ ਪੇਪਰ ਪੜਾਉਂਦੇ ਸੀਗੇ ਭੋਗ ਦਾ ਕਾਰਡ ਲੈ ਕੇ ਆਏ ਕਾਰਡ ਦੇ ਉੱਤੇ ਲਿਖਿਆ ਹੋਇਆ ਕੱਲੇ ਆਵੇ ਨਾਨਕ ਸੱਦੇ ਉੱਠੀ ਜਾਏ ਮੈਡਮ ਕਹਿੰਦੇ ਇਹਦਾ ਅਰਥ ਦੱਸੋ ਸਾਰਿਆਂ ਨੇ ਅਰਥ ਦੱਸਦੇ ਵੀ ਰੱਬ ਭੇਜਦਾ ਤਾਂ ਆ ਜੰਨੇ ਆ ਜਦੋਂ ਹਾਕ ਮਾਰਦੇ ਚਲੇ ਜੰਨੇ ਆ ਇਹੀ ਸਾਨੂੰ ਭਾਈ ਜੀ ਨੇ ਸਿਖਾਇਆ ਹੋਇਆ ਹੈ ਵੀ ਉਹਦੇ ਵਾਸਾ ਹੈ ਮੈਡਮ ਕਹਿੰਦੇ ਨਹੀਂ ਇੰਨੀ ਗੱਲ ਨਹੀਂ ਹੈ ਇਹਨੂੰ ਇਹਦੀਆਂ ਪਰਤਾਂ ਦੇਖੋ ਇਹ ਦੋ ਹੀ ਗੱਲਾਂ ਨੇ ਜਿਹੜੀਆਂ ਆਪਣੇ ਹੱਥ-ਹੀਠ ਨਹੀਂ ਵਾਸੇ-ਹੀਠ ਨਹੀਂ ਹਨਗੀਆਂ ਇੱਕ ਜੰਮਣਾ ਵੀ ਜੋ ਮਰਨਾ ਬਾਕੀ ਸਾਰੇ ਦੇ ਇਹਦੇ ਵਿਚਾਲੇ ਜਿਹੜਾ ਟਾਈਮ ਪਿਆ ਜਿਹੜਾ ਥਾਂ ਪਿਆ ਜਿਹੜੀ ਰੁੱਤ ਪਈ ਹੈ ਉਹ ਆਪਾਂ ਨੇ ਬੋਣੀ ਹੈ ਬੀਜਣੀ ਹੈ ਉਹ ਵਿਖਸਣੀ ਹੈ 몰ਣੀ ਹੈ ਆਪਾਂ ਨੇ ਵਧਣੀ ਹੈ ਅਸਲ ਵਿੱਚ ਤਾਂ ਇਹ ਧਰਤੀ ਧਰਮਸਾਲ ਹੈ ਇਹਦੇ ਵਿੱਚ ਆਪਾਂ ਨੇ ਕੰਮ ਕਰਨੀ ਨੇ ਇਹ ਕੰਮ ਕਰਨ ਵਾਸਤੇ ਬਹੁਤ ਲੋਕ ਨੇ ਜਿਹੜੇ ਨਿੱਕੇ ਨਿੱਕੇ ਸਮਝੌਤੇ ਕਰਨ ਵਾਸਤੇ ਜ਼ਮੀਰ ਵੇਚ ਦਿੰਦੇ ਨੇ ਕਈ ਲੋਕ ਵੱਡੇ ਵੱਡੇ ਸਮਝੌਤੇ ਕਰਨ ਵਾਸਤੇ ਵੀ ਆਪਦੀ ਜ਼ਮੀਰ ਨੂੰ ਕਾਇਮ ਰੱਖਦੇ ਨੇ ਜ਼ਮੀਰੇ ਨਸ਼ਾ ਕਾਇਮ ਰੱਖਦੇ ਨੇ ਇਸ ਗੱਲ ਦਾ ਸਬੂਤ ਆਪਣੇ ਸਾਹਮਣੇ ਹੈ ਜਦੋਂ ਆਪਾਂ ਕਿਸਾਨ ਅੰਦੋਲਨ ਦੇਖਦੇ ਆ ਜਿਨ੍ਹਾਂ ਲੋਕਾਂ ਦੇ ਕੋਲੇ ਬੜਾ ਕੁਝ ਖਿਲਾਰਿਆ ਗਿਆ ਪਾਇਆ ਗਿਆ ਪਰ ਉਹ ਨਹੀਂ ਵਿਕੇ ਕਹਿੰਦੇ ਜੇ ਹੁਣ ਨੂੰ ਵਿਧਾਇਕ ਹੁੰਦੇ ਤਾਂ ਸਾਰੇ ਵਿਕ ਜਾਂਦੇ ਇਸ ਕਰਕੇ ਉਹ ਕਹਿੰਦਾ ਵੀ ਜੇ ਤੁਸੀਂ ਕਿਸੇ ਨੂੰ ਜ਼ਰੂਰਤ ਨਾਲੋਂ ਜ਼ਿਆਦਾ ਸਿਰ ਚੜਾਉਨੇ ਹੋ ਨਾ ਕਹਿੰਦੇ ਮਹਾਪਾਰ ਦੇ ਵਿੱਚ ਲਿਖਿਆ ਹੋਇਆ ਹੈ ਜੇ ਛੋਟੀਆਂ-ਛੋਟੀਆਂ ਪ੍ਰਾਪਤੀਆਂ ਨੂੰ ਸਿਰ ਤੇ ਬਿਠਾਉਂਗੇ ਤਾਂ ਵੱਡੀਆਂ ਵਾਸਤੇ ਕੋਈ ਥਾਂ ਨਹੀਂ ਬਚਣੀ ਇਸ ਨੂੰ ਹਾਜ਼ਮ ਕਰਨਾ ਸਿੱਖੋ ਤੇ ਜੇ ਕਿਸੇ ਛੋਟੀ ਜੀ ਔਕਾਤ ਵਾਲੇ ਨੂੰ ਆਪਦੇ ਸਿਰ ਤੇ ਬਿਠਾ ਲਓਗੇ ਤਾਂ ਉਹ ਕਹਿੰਦਾ ਨਾ ਇਤਨਾ ਮਤ ਚਾਹੋ ਉਹ ਬੇਵਫਾ ਹੋ ਜਾਏਗਾ ਸਿਰ ਮਤ ਝੁਕਾਓ ਪੱਥਰ ਵੀ ਖੋਦਾ ਹੋ ਜਾਏਗਾ ਇਸ ਕਰਕੇ ਇਹ ਜਿਹੜੀਆਂ ਪ੍ਰਾਪਤੀਆਂ ਨੇ ਇਹਨਾਂ ਪ੍ਰਾਪਤੀਆਂ ਵਾਸਤੇ ਛੋਟੀਆਂ-ਛੋਟੀਆਂ ਪ੍ਰਾਪਤੀਆਂ ਵਾਸਤੇ ਵੱਡੇ-ਵੱਡੇ ਸਮਝੌਤੇ ਨਾ ਕਰੋ ਆਪਦੀ ਜ਼ਮੀਰ ਦੇ ਅਣਖ ਦੇ ਆਪਦੇ ਅੰਦਰ ਪੜਦੇ ਰੰਦੇ ਦੇ ਅਸਲ ਵਿੱਚ ਉਹ ਰੰਦਾ ਜਿਹੜਾ ਹੈ ਨਾ ਉਹ ਲੋਕਾਂ ਦੇ ਵਿੱਚੋਂ ਘਸ ਗਿਆ ਖਤਮ ਹੋ ਗਿਆ ਤੇ ਕੋਸ਼ਿਸ਼ ਕਰੋ ਉਸ ਰੰਦੇ ਨੂੰ ਕਾਇਮ ਰੱਖਣ ਦੀ ਉਸ ਰੰਦੇ ਕਰਕੇ ਹੀ ਅਸੀਂ ਆਪਦੀ ਗਰਦਨ ਉੱਚੀ ਕਰਕੇ ਲੋਕਾਂ ਤੱਕ ਜਾ ਸਕਦੇ ਹਾਂ ਨਹੀਂ ਤਾਂ ਬਹੁਤ ਲੋਕ ਨੇ ਜਿਹੜੇ ਜ਼ਮੀਰ ਦੀ ਪੌੜੀ ਉੱਤਰ ਕੇ ਇਹ ਭੁੱਲ ਜਾਂਦੇ ਨੇ ਕਿ ਅਸੀਂ ਜਿਉਣਾ ਆਇਆ ਕਿ ਅਸੀਂ ਪੈਸਾ ਇਕੱਠਾ ਕਰਨਾ ਆਇਆ ਧਨ ਦੌਲਤ ਇਕੱਠੀ ਕਰਨਾ ਆਇਆ ਕਿ ਅਸੀਂ ਲੋਕਾਂ ਦੇ ਵਿੱਚ ਵਿਛੜਨ ਵਾਸਤੇ ਕੋਈ ਥਾਂ ਛੱਡਣਾ ਆ। ਦੇਖੋ ਬਾਬੇ ਨਾਨਕ ਦਾ ਨਾਮ ਅੱਜ ਤੱਕ ਜਿਉਂਦਾ 500 ਵਰਿਆਂ ਤੋਂ ਲੈ ਕੇ ਤੇ ਨਾਮ ਕਈ ਬੰਦਿਆਂ ਦਾ ਅਗਲੇ ਦਿਨ ਮਰ ਜਾਂਦਾ ਹੈ ਬਹੁਤੇ ਲੋਕਾਂ ਦਾ ਅਗਲੇ ਦਿਨ ਮਰ ਜਾਂਦਾ ਹੈ ਕੋਸ਼ਿਸ਼ ਕਰੋ ਕਿ ਆਪਾਂ ਵੀ ਕੋਈ ਪੈੜ ਛੱਡ ਜਾਈਏ ਕੋਈ ਨਾ ਕੋਈ ਤਾਂ ਕਟੋ-ਕਟਵ ਦੇ ਬੱਚਿਆਂ ਵਾਸਤੇ ਤਾਂ ਆਪਦੀ نسل ਵਾਸਤੇ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਕੋਈ ਨਾ ਕੋਈ ਸੰਦੇਸ਼ ਜ਼ਰੂਰ ਛੱਡ ਕੇ ਜਾਈਏ ਧੰਨਵਾਦ